ਕੁੱਤੀ ਬਣਾਈ ਅਸੀਂ ਗੋੜੋ ਵਾਲੀ ਪਤਨੀ ਤੂੰ ਕਾ ਤੇ ਤੁਮਾਰੀ ਮੇਰੀ ਵੱਖੀ ਵਿੱਚ ਲੱਤ ਨਹੀਂ ਤੂੰ ਕਾ ਤੇ ਤੁਮਾਰੀ ਮੇਰੀ ਵੱਖੀ ਵਿੱਚ ਲੱਤ ਨਹੀਂ ਕੁੱਤਿਆਂ ਕੁੱਤਨੇ ਆਪ ਜਾਮਾ ਮੇਰਾ ਪਾੜ ਸੁਟਿਆ ਵੇ ਦੱਸ ਕੀ ਕਰਾਂ ਨਿਪੇਣਾ ਫਿਲਟਰ ਆ ਪਾਣੀ ਗੇੜਾ ਫਿਲਟਰ ਪੀਣਾ ਆਉਣੀ ਪੈਣਾ ਫਿਲਟਰ ਮੈਂ ਉਹ ਪੀਣਾ ਦੇ ਦੰਮੀ ਨਾਮ ਹੈ ਸਵਾਸਤ ਕਾਲ ਜੀ ਮੈਂ ਬਰਨ ਕੌਰਮਾਨ ਬੈਠਕ ਵਿਦ ਬਰਨ ਕੌਰਮਾਨ ਪ੍ਰੋਗਰਾਮ ਲੈ ਕੇ ਹਾਜ਼ਰ ਆ ਅੱਜ ਪ੍ਰੋਗਰਾਮ ਦੇ ਵਿੱਚ ਬਹੁਤ ਰੌਣਕਾਂ ਲੱਗਣੀਆਂ ਨੇ ਕਿਉਂਕਿ ਸਖਸ਼ੀਅਤਾਂ ਤੇਦਾਂ ਦੇ ਪਹੁੰਚੇ ਰਿ ਸਟੂਡੀਓ ਦੇ ਵਿੱਚ ਬੂਟਾ ਸਿੰਘ ਖਹਿਰਾ ਉਹਨਾਂ ਦੇ ਕੋਲ ਕੁਦਰਤ ਦਾ ਨਿਵਾਸਿਆ ਹੋਇਆ ਟੈਲੈਂਟ ਹੈ ਟੈਲੈਂਟ ਕਮਾਲ ਦਾ 2-250 ਤੋਂ ਵੱਧ ਆਵਾਜ਼ਾਂ ਕੱਢ ਲੈਂਦੇ ਐ ਔਰ ਗਾਣੇ ਗਾਉਂਦੇ ਨੇ ਹਾਲਕਿ ਉਹ ਜਿਹੜੇ ਗਾਣੇ ਗਾਉਂਦੇ ਨੇ ਉਹ ਕਮੇਡੀ ਗਾਣੇ ਵੀ ਹੁੰਦੇ ਨੇ ਗੰਭੀਰ ਗਾਣੇ ਵੀ ਹੁੰਦੇ ਨੇ ਤੇ ਨਾਲ ਦੇ ਨਾਲ ਖਾਸियत ਕੀ ਹੈ ਉਹ ਕੰਪੋਜ਼ ਆਪਣੇ ਆਪ ਕਰ ਲੈਂਦੇ ਆ ਤੇ ਨਾਲ ਦੇ ਨਾਲ ਗਾਣਾ ਗਾਉਂਦੇ ਹੋਏ ਆਪਣੇ ਮੂੰਹ ਚੋਂ ਵੱਖਰੇ ਵੱਖਰੇ ਤਰੀਕੇ ਦੀਆਂ ਆਵਾਜ਼ਾਂ ਸਾਜ਼ਾਂ ਦੀਆਂ ਆਵਾਜ਼ਾਂ ਆਪ ਦੇ ਲੈਂਦੇ ਮਤਲਬ ਉਹਨਾਂ ਨੂੰ 뮤ਜ਼ੀਸ਼ੀయన్స్ ਦੀ ਲੋੜ ਨਹੀਂ ਹੈ ਆਪਣੇ ਮੂੰਹ ਦੇ ਨਾਲ ਤੁੰਬੀ ਦੀ ਆਵਾਜ਼ ਦਿੰਦੇ ਹੋਏ ਖੂਬਸੂਰਤ ਗਾਣੇ ਗਾਉਂਦੇ ਨੇ ਅੱਜ ਸਾਡੇ ਵੇੜੇ 'ਚ ਸਾਡੇ ਨਾਲ ਲਾਉਣਗੇ ਰੌਣਕਾਂ ਸਾਡੇ ਨਾਲ ਪਾਉਣਗੇ ਸਾਂਝ ਆਖਦੇ ਆ ਜੀ ਆ ਬਹੁਤ ਬਹੁਤ ਸਵਾਗਤ ਹੈ ਬੂਟਾ ਸਿੰਘ ਜੀ ਪ੍ਰੋਗਰਾਮ 'ਚ ਬਹੁਤ ਬਹੁਤ ਪੰਜਾਬ ਮੇਲ ਚੈਨਲ ਦਾ ਬੂਟਾ ਸਿੰਘ ਖਹਿਰੇਵਾਲੋਂ ਬਹੁਤ ਬਹੁਤ ਧੰਨਵਾਦ ਕਰਦਾ ਮਾਨ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਪ੍ਰੋਗਰਾਮ ਦੀ ਸ਼ੁਰੂਆਤ ਹੀ ਆਪਾਂ ਕਰਾਂਗੇ ਗੀਤ ਨਾਲ ਠੀਕ ਹੈ ਜੀ ਮੇਰਾ ਇੱਕ ਗੀਤ ਆ ਦੋ ਅੰਤਰੇ ਮਾਸਟਰ ਆਤਮਾ ਸਿੰਘ ਚਿੱਟੀ ਦਾ ਉਹ ਇਹਨੂੰ ਪੁਸਤਕ ਅਵਾਰਡ ਮਿਲਿਆ ਮਤਲਬ ਆਪਾਂ ਹੁਣ ਆਪਾਂ ਗੀਤ ਸੁਣਨੇ ਤੁਹਾਡੇ ਤੋਂ ਪਹਿਲਾਂ ਹਾਂਜੀ ਹਾਂਜੀ ਤੇ ਹੋਰ ਜਿਹੜਾ ਆਪਾਂ ਗੀਤ ਸੁਣਨ ਲੱਗੇ ਨਾ ਵਾਕਈ ਬਹੁਤ ਕਮਾਲ ਦਾ ਗੀਤ ਹੈ ਅੱਜ ਇਹਨਾਂ ਨੇ ਰੌਣਕਾਂ ਲਾ ਦੇਣੀਆਂ ਮੈਨੂੰ ਸ਼ੁਰੂ ਕਰ ਦੋ ਤੁਸੀਂ ਹਾਂਜੀ ਹਾਂਜੀ ਜੀ ਸਵਾਲ ਨਹੀਂ ਪੁੱਛੀ ਹਾਂਜੀ ਇਹ ਇਹ ਜਿਹੜਾ ਗੀਤ ਹੈ ਨਾ ਇਹ ਮਾਸਟਰ ਆਤਮਾ ਸਿੰਘ ਚਿੱਟੀ ਜੀ ਦਾ ਇਹ ਮੈਨੂੰ 8ਵੀਂ ਸੀ ਦਾ ਪੜਾਉਂਦਾ ਰਿਹਾ ਵਾ ਜੀ ਤੇ ਇਹਨੂੰ ਸ੍ਰੋਮਣੀ ਪੰਜਾਬੀ ਲੇਖਕ ਇਹ ਪੁਸਤਕਕਾਰ ਅਵਾਰਡ ਵੀ ਮਿਲਿਆ ਵਾ ਹਾਂਜੀ ਹਾਂਜੀ ਤੇ ਇਹਦਾ ਦੋ ਅੰਤਰੇ ਜਿਹੜਾ ਮੈਂ ਗੀਤ ਆ ਉਹਵੇਂ ਆਪਣੇ ਦਰਸ਼ਕਾਂ ਦੇ ਰੂਬਰੂ ਕਰਨ ਲੱਗਾ ਬਿਲਕੁਲ ਨਾ ਹੁਣ ਪੈਨ ਰਹਿ ਗਏ ਨਾ ਸਾਈਆਂ ਨਾ ਕਾਨੇ ਨਾ ਦਵਾਈਆਂ ਤੇ ਸੁਣੋ ਜੀ ਨਾ ਹੁਣ ਰਹਿ ਗਏ ਪੈਨ ਹੋਲਡਰ ਨਾ ਅੱਜ ਕਲਮ ਦਵਾਈਆਂ ਨੇ ਨੰਗ 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 ਨ ਨਾ ਅਜਕਲਮ ਦਵਾਤਾ ਨੇ ਨੰਗ 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 ਨਾ ਹੁਣ ਲੱਭਦੇ ਨੜੇ ਤੇ ਕਾਨੇ ਨਾ ਅਜਕਲ ਮਾ ਘੜਦਾ ਕੋਈ ਨਾ ਹੁਣ ਲੱਭਦੇ ਨੜੇ ਤੇ ਕਾਨੇ ਨਾ ਹੁਣ ਕਲਮਾ ਘੜਦਾ ਕੋਈ ਸਕੂਲੇ ਨਾ ਹੁਣ ਜਾਣ ਲੱਗਿਆ ਹੱਥ 'ਚ ਫੱਟੀ ਫੜਦਾ ਕੋਈ ਸਕੂਲੇ ਨਾ ਹੁਣ ਜਾਣ ਲੱਗਿਆ ਹੱਥ 'ਚ ਫੱਟੀ ਫੜਦਾ ਕੋਈ ਕਿੱਥੇ ਗਏ ਹੁਣ ਬਾਟੀਆਂ ਚੰਨੇ ਕਿੱਥੇ ਗਏ ਹੁਣ ਬਾਟੀਆਂ ਚੰਨੇ ਗਗਰ ਥਾਲ ਪਰਾਤਾਂ ਨੇ ਨਾ ਹੁਣ ਲੱਭਦੇ ਨੜੇ ਤਕਾਨੇ ਨਾ ਅਜ ਕਲਮ ਦੁਵਾਤਾਂ ਨੇ ਨਾਰ ਗਏ ਪੈਨ ਹੋਲਡਰ ਨਾਜ ਕਲਮ ਦੁਆਤਾ ਨੇ ਬਹੁਤ ਖੂਬ ਬਹੁਤ ਖੂਬ ਤੁਸੀਂ ਪ੍ਰੋਗਰਾਮ ਦੀ ਸ਼ੁਰੂਆਤ ਹੀ ਇੰਨੀ ਡੂੰਗੀ ਲੇਖਣੀ ਤੋਂ ਕਰ ਦਿੱਤੀ ਆ ਉਤੋਂ ਦੇਣੀ ਤੁਹਾਡੀ ਆਵਾਜ਼ ਸੋਨੇ ਤੇ ਸਹਾਗਾ ਇਹ ਰਹਿਤਲ ਕਿੱਥੇ ਕਰਦੇ ਹੋ ਆਪਣੀ ਆਵਾਜ਼ ਦਾ ਖਿਆਲ ਕਿੱਥੇ ਰੱਖਦੇ ਹੋ ਮਾਨ ਸਾਹਿਬ ਇਹ ਏਦਾਂ ਵੀ ਮੈਂ ਆਪਣੇ ਖੇਤਾਂ ਦੇ ਬੰਨਿਆਂ ਦੇ ਬਹਿ ਕੇ ਰਹਿਤਲ ਕਰਨੀਆਂ ਉੱਥੇ ਬਹਿਣਾ ਤੇ ਮੈਂ ਮਤਲਬ ਮੈਂ ਪਿੰਡ ਦਾ ਲੰਬੜਦਾਰ ਵੀ ਆ ਜੀ ਸੇਵਾ ਵੀ ਗਰੀਬਾਂ ਦੀ ਫ੍ਰੀ ਕਰਦਾ ਜੀ ਹਾਂਜੀ ਨਾਲ ਨਾਲ ਮੈਂ ਆਪਣੀਆਂ ਆਵਾਜ਼ਾਂ ਵੀ ਨਾਲ ਨਾਲ ਤੇ ਨਾਲ ਹੀ ਗੀਤ ਤੇ ਮੈਂ ਮਰਦਾ ਮੈਂ ਕੋਈ ਸਿੰਗਰ ਨਹੀਂਗਾ ਮੈਂ ਮਾੜਾ ਮੋਟਾ ਜਿਹਾ ਸਿੰਗ ਰਿਆ ਹਾਂ ਜੀ ਹਾਂਜੀ ਹਾਂਜੀ ਤੁੱਕਾ ਲਾਜੀ ਨੂੰ ਸਿੰਗਰ ਕਹਿੰਦੇ ਆ ਤੇ ਅਗਲਾ ਕਿਹੜਾ ਗੀਤ ਸੰਤ ਕਿਉਂਕਿ ਤੁਹਾਡੇ ਕੋਲ ਤਾਂ ਮੇਨੂੰ ਪਰ ਮਾਰ ਲੱਗੀ ਹਾਂਜੀ ਹਾਂਜੀ ਮਤਲਬ ਮੇਰੇ ਕੋਲ ਗੀਤਾਂ ਦੇ ਬਹੁਤ ਇੱਕ ਗੀਤ ਹੋਰ ਆ ਮੇਰੇ ਕੋਲ ਹਾਂਜੀ ਉਹ ਮੈਂ ਤੁਹਾਡੇ ਰੂਬਰੂ ਕਰ ਲਗਾ ਮਾਨ ਜੀ ਬਿੱਲੀ ਦਾ ਅਤੇ ਚੂਹੇ ਦਾ ਬਹੁਤ ਹੀ ਪਿਆਰਾ ਰਿਸ਼ਤਾ ਹਮ ਪਿਆਰੇ ਸਰੋਤਿਓ ਹਮ ਬਿੱਲੀ ਅਤੇ ਚੂਹੇ ਦਾ ਰਿਸ਼ਤਾ ਬਹੁਤ ਹੀ ਅਨੋਖਾ ਅਤੇ ਪਿਆਰਾ ਹੈ ਹਮ ਇਸ ਰਿਸ਼ਤੇ ਦੇ ਸੰਦਰਭ ਵਿੱਚ ਹਮ ਕੇਵਲ ਕਵੀ ਕੇਵਲ ਉੱਗੀ ਨੇ ਇਸ ਨੂੰ ਕਲਮ ਬੰਦ ਕੀਤਾ ਹੈ ਹਮ ਤੇ ਬੂਟਾ ਸਿੰਘ ਖਹਿਰਾ ਹਮ ਪੇਸ਼ ਕਰ ਰਿਹਾ ਹੈ ਮਾਣੋ ਬਿੱਲੀ ਆਈਆ ਬਈ ਮਾਣੋ ਬਿੱਲੀ ਆਈਆ ਮਾਣੋ ਬਿੱਲੀ ਆਈਆ ਬਈ ਮਾਣੋ ਬਿੱਲੀ ਆਈਆ ਆਜਾ ਮਾਣੋ ਆਜਾ ਅਸਾ ਖੀਰ ਬਣਾਈਆ ਆਜਾ ਮਾਣੋ ਆਜਾ ਅਸਾ ਖੀਰ ਬਣਾਈਆ ਮਾਣੋ ਬਿੱਲੀ ਆਈਆ ਬਈ ਮਾਣੋ ਬਿੱਲੀ ਆਈਆ ਮਾਣੋ ਬਿੱਲੀ ਆਈਆ ਬਈ ਮਾਣੋ ਬਿੱਲੀ ਆਈਆ ਮਾਣੋ ਬਿੱਲੀ ਆਗੀ ਸੀ ਮਿਆਉ ਮਿਆਉ ਕਰਦੀ ਮਾਣੋ ਬਿੱਲੀ ਆਗੀ ਸੀ ਮਿਆਉ ਮਿਆਉ ਕਰਦੀ ਲੱਗਿਆ ਜੀ ਮਾਣੋ ਪਰ ਥੋੜਾ ਥੋੜਾ ਡਰਦੀ ਲੱਗਿਆ ਜੀ ਮਾਣੋ ਪਰ ਥੋੜਾ ਥੋੜਾ ਡਰਦੀ ਮੰਮੀ ਜੀ ਨੇ ਖੀਰ ਥੋੜੀ ਕੌਲੀ ਵਿੱਚ ਪਾਈਆ ਮੰਮੀ ਜੀ ਨੇ ਖੀਰ ਥੋੜੀ ਕੌਲੀ ਵਿੱਚ ਪਾਈਆ ਮਾਨੂੰ ਬਿੱਲੀ ਆਈਆ ਬਈ ਮਾਨੂੰ ਬਿੱਲੀ ਆਈਆ ਮਾਣੋ ਬਿੱਲੀ ਆਈਆ ਬੇਮਾਣੋ ਬਿੱਲੀ ਆਈਆ ਮਾਣੋ ਬਿੱਲੀ ਆਈਆ ਬੇਮਾਣੋ ਬਿੱਲੀ ਆਈਆ ਮਤਲਬ ਕਿ ਨਾਲ ਦੇ ਨਾਲ ਕਮੇਡੀ ਗਾਣਿਆਂ ਤੇ ਵੀ ਤੁਹਾਡਾ ਪੂਰਾ ਪੂਰਾ ਜ਼ੋਰ ਚੱਲਦਾ ਜਦੋਂ ਕਮੇਡੀ ਗਾਣੇ ਵੀ ਬਖੂਬੀ ਇਹਨੇ ਸੀਰੀਅਸ ਹੋ ਕੇ ਕਿੱਦਾਂ ਗੱਲ ਲੈਂਦੇ ਹੋ ਬੌਂਦੇ ਤਾਂ ਹਾਸਾ ਨਹੀਂ ਨਿਕਲਦਾ ਮਰ ਜੂ ਮਰੇ ਇੰਦਾ ਹੀ ਆ ਬਸ ਇੱਕ ਵੱਖਰੀ ਜੀ ਕਲਾ ਮੇਰੀ ਏ ਹਾਂ ਬਿਲਕੁਲ ਹਾਂਜੀ ਹਾਂਜੀ ਮੈਂ ਜਿਹੜਾ 뮤직 ਫਿਰ ਜਦੋਂ ਨਾ ਸਟੂਡੀਓ ਜਦੋਂ ਵੇਲੂ ਲੱਗੇ ਰੱਛ ਬਹੁਤ ਜ਼ਿਆਦਾ ਨਾ ਕਲਾਕਾਰ ਆਪਣੇ ਹੈਗੇ ਜਾਦੇ-ਜਾਦੇ ਉਹ ਫਿਰ ਮੈਂ ਫਿਰ ਆਪਣਾ 뮤직 ਆਪ ਹੀ ਤਿਆਰ ਕਰ ਇਹ ਤਾਂ ਵਧੀਆ ਗੱਲ ਹੈ ਨਾ ਤੁਹਾਨੂੰ ਸਜਿੰਦਿਆਂ ਦੀ ਵੀ ਲੋੜ ਨਹੀਂ ਹਾਂਜੀ ਹਾਂਜੀ ਬਿਆੰਤਰਾ ਗਾ ਕੇ ਆਪ ਹੀ 뮤직 ਹਾਂਜੀ 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 ਕੋਈ ਹੋਰ ਵੀ ਕਮੇਡੀ ਗੀਤ ਹੈਗਾ ਤੁਹਾਡੇ ਕੋਲ ਹਾਂਜੀ ਹਾਂਜੀ ਜਿਹੜਾ ਸੀ ਸੁਣਨਾ ਚਾਹੁੰਦੇ ਮਾਨ ਜੀ ਹਾਂ ਉਹ ਵੀ ਸੁਣਾਵਾਂ ਤੁਹਾਨੂੰ ਕਮੇਡੀ ਗੀਤ ਹੋ ਰਿਹਾ ਜੀ ਮਾਨ ਜੀ ਇੱਕ ਕਮੇਡੀ ਗੀਤ ਹੈ ਮੇਰਾ ਹਾਂਜੀ ਨਰਿੰਦਰ ਥਾਪਰ ਜੀ ਦਾ ਲਿਖਿਆ ਵਾ ਹਾਂਜੀ ਸਾਸ਼ੀ ਪਿੰਡ ਐ ਇਹਨਾਂ ਦਾ ਹਾਂ ਤੇ ਹਸ਼ਾਰਪੁਰ ਦੇ ਲੱਗਿਆ ਤੇ ਇਹ ਮੇਰੇ ਕੋ ਆਏ ਕਹਿੰਦੇ ਬੁੱਟੇ ਜੀ ਮੇਰਾ ਦੋ ਅੰਤਰੀ ਗੀਤ ਗਾ ਦੀ ਮੈਂ ਕਿਹਾ ਠੀਕ ਐ ਜੀ ਜ਼ਰੂਰ ਗਾ ਬਹੁਤ ਜਲਦੀ ਗੀਤ ਦੀ ਰਿਕਾਰਡਿੰਗ ਕਰਾਵਾਂਗੇ ਅੱਛਾ ਇਹ ਗਾਣਾ ਰਿਕਾਰਡ ਹੋਣ ਲੱਗਿਆ ਹਾਂ ਜੋ ਹੋਣ ਲੱਗਾ ਜੀ ਹਾਂਜੀ ਹੋਣ ਲੱਗਾ ਜੀ ਤੇ ਮਿਊਜ਼ਿਕ ਫਿਰ ਮੇਰੇ ਮਿਲੀਸ਼ਨ ਵਾਲੇ ਮੇਰੇ ਨਾਲ ਹੀ ਬੈਠੇ ਆ ਮਾਨ ਜੀ ਲਓ ਜੀ ਸੁਣੋ ਜੀ ਦੋ ਅੰਤਰੀ ਗੀਤ ਕਮੇਡੀ ਹਾਂ ਹਾਂ

ਕੁੱਤਨੇ ਆਪ ਜਾਮਾ ਮੇਰਾ ਪਾੜ ਸੁਟਿਆ ਵੇ ਦੱਸ ਕੀ ਕਰਾਂ ਤੇਰੇ ਪਿੱਛੇ ਲੱਗ ਕੇ ਮੈਂ ਗਿਆ ਲੁੱਟਿਆ ਹਏ ਦੱਸ ਕੀ ਕਰਾਂ ਨੰਗ 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 ਤੇਰੇ ਪਿੱਛੇ ਲੱਗ ਕੇ ਮੈਂ ਗਿਆ ਲੁੱਟਿਆ ਹਏ ਦੱਸ ਕੀ ਕਰਾਂ ਨੰਗ 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 ਨੰਗ

ਕੁੱਟ ਕੇ ਸਰਾਣੇ ਨੂੰ ਮੈਂ ਪਾੜ ਸੁਟਿਆ ਦੱਸ ਕੀ ਕਰਾਂ ਣੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰ ਮੈਸੇ ਮੈਨੂੰ ਤਨਿਕ ਮੈਂ ਕੰਪਲੀਮੈਂਟ ਦੇਣਾ ਚਾਹੂੰਗੀ ਮੈਨੂੰ ਪਰਸਨਲੀ ਇਦਾਂ ਲੱਗਦਾ ਅਜੀ ਤੁਹਾਡੀ ਆਵਾਜ਼ ਨਾ ਰਵਿੰਦਰ ਗਰੇਵਾਰ ਉਹਨਾਂ ਨਾਲ ਥੋੜੀ ਥੋੜੀ ਮਿਲਦੀ ਆ ਮਾਨ ਜੀ ਮੈਂ ਨਾ ਹੋਰ ਵੀ ਮੈਂ ਕਿਤੇ ਗਿਆਨ ਉਹ ਵੀ ਕਹਿੰਦੇ ਵੀ ਰਵਿੰਦਰ ਗਰੇਵਾਲੀ ਲੱਗਦਾ ਉਹਨਾਂ ਦੇ ਨਾਲ ਤੁਹਾਡੀ ਆਵਾਜ਼ ਸੱਚੀ ਮਿਲਦੀ ਔਰ ਜਿਹੜੇ ਵਿੱਚ ਤੁਸੀਂ ਆ ਕੁੱਤਿਆਂ ਵਾਲਾ ਇਫੈਕਟ ਦਿੱਤਾ ਨਾ ਹਾਂਜੀ ਇਹ ਮੇਰੇ ਕੋ ਇਤਨਾ ਮੈਂ ਦੱਸਦਾ ਤੁਹਾਨੂੰ ਕੋਈ ਔਰ ਗਾਣਾ ਸੀ ਉਹਦੇ ਵਿੱਚ ਨਾ ਕੁੱਤੇ ਦੀ ਆਵਾਜ਼ ਕਰਨੀ ਸੀ ਉਹ ਕੋਈ ਕੁੱਤਾ ਹਨ ਲੱਭਾ ਨਾ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਕਿਹਾ ਤਫੀਕਰ ਨਾ ਕਰ ਕਹਿੰਦੇ ਕੀ ਗੱਲ ਮੈਂ ਕਿਹਾ ਕੋਈ ਸਟੂਡੀਓ ਜੋ ਮੈਂ ਦਾ ਦੇਣਾ ਤੈਨੂੰ ਮੈਂ ਕਿਹਾ ਮੈਂ ਉਥੇ ਮੈਂ ਕੁੱਤੇ ਦੀ ਆਵਾਜ਼ ਭਰੀ ਉਹ ਕਹਿੰਦੇ ਯਾਰ ਕੁੱਤਾ ਤੇ ਕਮਾਲ ਹੀ ਕਰਤਾ ਜਦੋਂ ਗਾਣਾ ਆਇਆ ਉਦੋਂ ਨਾਲ ਹੀ ਕੁੱਤੇ ਦੀ ਆਵਾਜ਼ ਰੌਣਕ ਲੱਗੀ ਹੋਈ ਆ ਪੂਰੀ ਪੂਰੀ ਉਹਦੇ ਵਿੱਚ ਤੇ ਬੂਟਾ ਸਿੰਘ ਖਹਿਰਾ ਸਾਡੇ ਨਾਲ ਬਣੇ ਨੇ ਜੋ ਕਿ ਕਮੇਡੀ ਗਾਣੇ ਬਾਖੂਬੀ ਗਾਉਂਦੇ ਨੇ ਔਰ ਨਾਲ ਦੇ ਨਾਲ ਮਿਊਜ਼ਿਕ ਵੀ ਆਪ ਦਿੰਦੇ ਨੇ ਅਸੀਂ ਲਗਾਤਾਰ ਉਹਨਾਂ ਤੋਂ ਗਾਣੇ ਵੀ ਸੁਣ ਰਹੇ ਹਾਂ ਵਿੱਚ ਵਿੱਚ ਗੱਲਾਂ ਵੀ ਚੱਲ ਰਹੀਆਂ ਨੇ ਪਰ ਫਿਲਹਾਲ ਮੈਨੂੰ ਇਦਾਂ ਲੱਗਦਾ ਕਿ ਗੱਲਾਂ ਤਾਂ ਚਲੋ ਚਲਦੀਆਂ ਰਹਿੰਦੀਆਂ ਗੀਤਾਂ ਦਾ ਮੌਕਾ ਸਾਨੂੰ ਹੱਥੋਂ ਨਹੀਂ ਗਵਾਉਣਾ ਚਾਹੀਦਾ ਅਗਲਾ ਕਿਹੜਾ ਗੀਤ ਹੋਣਾ ਮਾਨ ਜੀ ਮੈਂ ਇਹ ਜਿਹੜਾ ਗੀਤ ਹੈ ਨਾ ਇਹ ਲਾਲੀ ਕੰਗਾ ਵਾਲੇ ਦਾ ਲਿਖਿਆ ਵਾ ਤੇ ਤੁਸੀਂ ਵੇਖਿਆ ਹੋਣਾ ਜਿਹੜਾ ਰੰਦਾ ਮਸ਼ੀਨ ਚੱਲੀ ਆਪਣੀ ਚੈਨਲ ਤੇ ਤੇ ਉਹਨੇ ਮੇਰਾ ਪੂਰਾ ਸਾਥ ਲੁੱਕ ਮੇਰ ਨਾਲ ਪੂਰੀ ਲਿਆ ਖਿਚਾਈ ਆ ਹਾਂ ਸਾਥ ਉਹਨੇ ਬਹੁਤ ਦਿੱਤਾ ਮੇਰ ਨਾਲ ਮੈਂ ਉਹਦਾ ਵੀ ਲਾਲੀ ਕੰਗਾ ਵਾਲੇ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਉਹ

ਨੰ 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 ਕੂਤੀ ਬਣਾਈ ਅਸੀਂ ਗੋੜੋ ਵਾਲੀ ਪਤਨੀ ਤੂੰ ਕਾ ਤੇ ਤੁਮਾਰੀ ਮੇਰੀ ਵੱਖੀ ਵਿੱਚ ਲਤਨੀ ਤੂੰ ਕਾ ਤੇ ਤੁਮਾਰੀ ਮੇਰੀ ਵੱਖੀ ਵਿੱਚ ਲਤਨੀ ਨੰ 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 ਚੁੱਕ ਕੇ ਸੀ ਗੰਨਾ ਕਾ ਤੁਮਾਰਿਆ ਤੂੰ ਮੇਰੇ ਚੁੱਕ ਕੇ ਸੀ ਗੰਨਾ ਕਾ ਤੁਮਾਰਿਆ ਤੂੰ ਮੇਰੇ ਰਸ ਗੰਨੇ ਵਾਲਾ ਚੱਕ ਕੇ ਤੂੰ ਸਾਰਾ ਹੀ ਰੋੜਤਾ ਸਾਰਾ ਹੀ ਰੋੜਤਾ ਕਿੱਡਾ ਸੋਹਣਾ ਸੀਗਾ ਤੇਰਾ ਯਾਰ ਵੈਰ ਨੇ ਛੁੱਟਿਆ ਕਮਾ ਕੇ ਚੂਲਾ ਸੱਚੀ ਤੋੜਤਾ ਕਿੱਡਾ ਸੋਹਣਾ ਸੀਗਾ ਤੇਰਾ ਯਾਰ ਵੈਰ ਨੇ ਛੁੱਟਿਆ ਕਮਾ ਕੇ ਚੂਲਾ ਸੱਚੀ ਤੋੜਤਾ ਕਿੱਡਾ ਸੋਹਣਾ ਸੀਗਾ ਤੇਰਾ ਯਾਰ ਵੈਰ ਨੇ ਛੁੱਟਿਆ ਕਮਾ ਕੇ ਚੂਲਾ ਸੱਚੀ ਤੋੜਤਾ ਨੰਗ 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 ਤੈਨੂੰ ਦੇਖੇ ਮੈਨਾਂ ਮੈਨੂੰ ਆਉਂਦੀ ਨਾ ਸੀ ਨੀਂਦ ਨੀ ਆਉਂਦੀ ਨਾ ਸੀ ਨੀਂਦ ਨੀ ਨੰਗ 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 ਪਿਪੜ ਦੇ ਉੱਤੋਂ ਲਾਲੀ ਪਾਈ ਜਿਹੜੀ ਪੀਂਗਨੀ ਭਾਈ ਜਿਹੜੀ ਪੀਂਗ ਨੀ ਨੰਗ 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 ਡੁੱਬ ਜਾਣੀ ਏ ਨੀ ਤੇਰੇ ਕਿੱਥੇ ਗਏ ਉਹ ਵਾਦੇ ਡੁੱਬ ਜਾਣੀ ਏ ਨੀ ਤੇਰੇ ਕਿੱਥੇ ਗਏ ਉਹ ਵਾਦੇ ਸਾਡਾ ਪਾਣੀ ਵਾਲਾ ਘੜਾ ਵੀ ਤੂੰ ਰਾਤੀ ਤੋੜਤਾ ਰਾਤੀ ਤੋੜਤਾ ਕਿੱਡਾ ਸੋਨਾ ਸੀਗਾ ਤੇਰਾ ਯਾਰ ਵੈਰ ਨੇ ਸੁਟਿਆ ਕਮਾ ਕੇ ਚੂੜਾ ਸੱਚੀ ਤੋੜਤਾ ਕਿੱਡਾ ਸੋਨਾ ਸੀਗਾ ਤੇਰਾ ਯਾਰ ਵੈਰ ਨੇ ਸੁੱਟਿਆ ਕਮਾ ਕੇ ਚੂੜਾ ਸੱਚੀ ਤੋੜਦਾ ਕਿੱਡਾ ਸੋਨਾ ਸੀਗਾ ਤੇਰਾ ਯਾਰ ਵੈਰ ਨੇ ਸੁੱਟਿਆ ਕਮਾ ਕੇ ਚੂੜਾ ਸੱਚੀ ਤੋੜਦਾ ਮੈਨੂੰ ਅੱਜ ਇੰਦਾ ਲੱਗਦਾ ਕਿ ਹੱਸਣ ਦਾ ਰਿਕਾਰਡ ਟੁੱਟ ਜਾਣਾ ਮੇਰਾ ਓਹ ਹੋ ਹੋ ਬਹੁਤ ਖੂਬ ਰੌਣਕਾਂ ਲਾਈਆਂ ਅੱਛਾ ਤੁਹਾਡੇ ਉਸਤਾਦ ਵੀ ਰਹੇ ਕੋਈ ਮਾਰਜੀ ਜਿਹੜੇ ਮੇਰੇ ਉਸਤਾਦ ਆ ਨਾ ਉਹ ਪ੍ਰਮਾਤਮਾ ਜਿੰਨੇ ਮੈਨੂੰ ਕਲਾ ਬਖਸ਼ੀ ਆ ਬਿਲਕੁਲ ਮੈਂ ਉਹਦਾ ਧੰਨਵਾਦ ਕਰਦਾ ਜਿੰਨੇ ਮੈਨੂੰ ਪੈਦਾ ਕੀਤਾ ਹੂੰ ਉਹੋ ਹੀ ਮਹਾਰਾਜ ਮੇਰੇ ਹਾਜ਼ਰ ਨਾਜ਼ ਰਿਆ ਉਹਨੇ ਮੈਨੂੰ ਕਲਾ ਬਖਸ਼ੀ ਆ ਹੋਰ ਬਾਕੀ ਠੀਕ ਠਾਕ ਆ ਹਾਂਜੀ ਬਾਕੀ ਅਗਲਾ ਗਾਣਾ ਤਿਆਰ ਆ ਫਿਰ ਹਾਂਜੀ ਅਗਲਾ ਗਾਣਾ ਤਿਆਰ ਆ ਜੀ ਕਿ ਠੀਕ ਹੈ ਮਾਨ ਜੀ ਇੱਕ ਗੀਤ ਆ ਜੀ ਉਹ ਵੀ ਲਾਲੀ ਕੰਗਾ ਵਾਲੇ ਦਾ ਵਾ ਜੀ ਤੇ ਉਹ ਮੈਂ ਆਪਣੇ ਇਹ ਮੈਂ ਰਕਸ਼ਾ ਵੀ ਵਾਇਆ ਕੇ ਵਿਖਿਆ ਜੀ अच्छा जी 2-4 ਮਹੀਨੇ ਆ ਕਲਵੰਤ ਜੀ ਨੂੰ ਪਤਾ ਹੀ ਆਪਣਾ ਤੇ ਉਹ ਵੇਖੋ ਜੀ ਉਹ ਕੀ ਕਹਿੰਦਾ ਵੀ ਜਦੋਂ ਕੋਈ ਫੂਕ ਕੱਢ ਜਾਂਦਾ ਘਰ ਵਾਲੀ ਭੱਜੀ ਆਉਂਦੀ ਵੀ ਤੇਰੇ ਰਖਸ਼ੇ ਦੀ ਕੋਈ ਫੂਕ ਹੀ ਕੱਢ ਗਿਆ ਅੰਜ ਦੋ ਅ ਤਰੇ ਮੈਂ ਗੀਤ ਜਿਹੜਾ ਲਾਲੀ ਕੰਗਾ ਵਾਲੇ ਦਾ ਪੇਸ਼ ਕਰਨ ਲੱਗਾ ਆ ਵੇਖੋ ਜੀ ਤੇਰੇ ਰਖਸ਼ੇ ਦੀ ਕੱਢ ਗਿਆ ਕੋਈ ਫੂਕ ਮਾਇਆ ਵੇਖੀ ਬਾਰਿਆਂ ਕੇ ਤੇਰੇ ਰਕਸ਼ੇ ਦੀ ਕੱਢ ਗਿਆ ਕੋਈ ਫੂਕ ਮਾਇਆ ਵੇਖੀ ਬਾਰਿਆਂ ਕੇ ਅਜ ਕੱਲ ਤੂੰ ਪੁਵਾਈ ਨਵੀਂ ਟੂ ਮਾਇਆ ਵੇਖੀ ਬਾਰਿਆਂ ਕੇ ਤੇਰੇ ਰਕਸ਼ੇ ਦੀ ਕੱਢ ਗਿਆ ਕੀ ਫੂਕ ਫੂਕ ਭਰਾਂਗੇ ਤੇ ਖੁਸ਼ੀਆਂ ਮਨਾਵਾਂਗੀ ਮਨਾਵਾਂਗੀ ਤੇਰੇ ਰਖਸ਼ੇ ਤੇ ਸ਼ਹਿਰ ਨੂੰ ਮੇ ਜਾਵਾਂਗੀ ਜਾਵਾਂਗੀ ਦਿਵਾਂ ਸੁਬਾ ਸ਼ਾਮ ਰਖਸ਼ੇ ਨੂੰ ਤੂਪ ਮਾਇਆ ਦੇਖੀ ਬਾਰਿਆਣ ਕੇ ਤੇਰੇ ਰਖਸ਼ੇ ਦੀ ਕੱਢ ਗਿਆ ਕਿਫੂਕ ਮਾਇਆ ਦੇਖੀ ਬਾਰਿਆਣ ਕੇ ਤੇਰੇ ਰਖਸ਼ੇ ਦੀ ਕੱਢ ਗਿਆ ਕਿਫੂਕ ਕਰੋ ਮਿਹਨਤਾ ਤੇ

ਮਾਇਆ ਦੇਖੀ ਬਾਰਿਆਂ ਕੇ ਤੇਰੇ ਰਖਸ਼ੇ ਦੀ ਕੱਢ ਗਿਆ ਕਿਫੂਕ ਮਾਇਆ ਦੇਖੀ ਬਾਰਿਆਂ ਕੇ ਤੇਰੇ ਰਖਸ਼ੇ ਦੀ ਕੱਢ ਗਿਆ ਕਿਫੂਕ ਬਹੁਤ ਖੂਬ ਪਹਿਲਾ ਨਾ ਸ਼ੁਰੂਆਤ ਗਾਣੇ ਦੀ ਜਦੋਂ ਇਸ ਦੀ ਹੋਈ ਆ ਮੈਨੂੰ ਪਹਿਲੇ ਅੰਤਰੇ ਤੇ ਹਾਸਾ ਆਇਆ ਕਿਉਂਕਿ ਥੋੜਾ ਕਮੇਡੀ ਟੱਚ ਸੀਗਾ ਪਰ ਮੈਂ ਇਸ ਗਾਣੇ ਨੂੰ ਫਿਰ ਗੰਭੀਰਤਾ ਨਾਲ ਸੋਚਿਆ ਕਿ ਸੱਚਮੁੱਚ ਜਿਹਦਾ ਰਿਕਸ਼ਾ ਹੀ ਰੋਜ਼ੀ ਰੋਟੀ ਆ ਹਨਾ ਜਿਹਦਾ ਘਾਰ ਹੀ ਉਸ ਰਿਕਸ਼ੇ ਨੇ ਚਲਾਉਣਾ ਉਹਨੂੰ ਤਾਂ ਵਾਕਈ ਧੂਫ ਦੇ ਕੇ ਪੂਜਣਾ ਇਹ ਬਹੁਤ ਵੱਡੀ ਗੱਲ ਆ ਤੁਸੀਂ ਇਹਦਾ ਮਤਲਬ ਗੰਭੀਰ ਲਿਖੇ ਗਾਣੇ ਦੀ ਗਾਣੇ ਹੋ ਸਭ ਤੋਂ ਸਾਡਾ ਇਸ ਟਾਈਮ ਇਹ ਮੁੱਦਾ ਚੱਲ ਰਿਹਾ ਕਿਸਾਨੀ ਦਾ ਠੀਕ ਹੈ ਜੀ ਠੀਕ ਹੈ ਕਿਸਾਨੀ ਦੇ ਉੱਤੇ ਕੋਈ ਗੀਤ ਹਾਂਜੀ ਸਾਨੂੰ ਸੁਣਾਓ ਹਾਂ ਠੀਕ ਹੈ ਜੀ ਜੀ ਈਮਾਨ ਜੀ ਇੱਕ ਗੀਤ ਆ ਮੈਂ ਵੀ 35 36 ਦਿਨ ਕਿਸਾਨੀ ਦੇ ਮੋਰਚੇ ਤੇ ਗਿਆ ਵਾਂ ਬਾਰਡਰ ਤੇ ਦਿੱਲੀ ਹਾਂਜੀ ਬਾਰਡਰ ਤੇ ਸਿੰਗੂ ਬਾਰਡਰ ਜਾਂ ਠਿਕਰੀ ਬਾਰਡਰ ਤੇ ਤੇ ਅੰਤ ਤੇ ਆਪਣੀ ਕਿਸਾਨਾਂ ਦੀ ਜਿੱਤ ਹੋਣੀ ਇਹ ਜਿਹੜਾ ਕਿਸਾਨ ਆ ਇਹਨੂੰ ਅੰਨਦਾਤਾ ਕਿਹਾ ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ ਅੰਨਦਾਤਾ ਵਾ ਬਿਲਕੁਲ ਹਾਂਜੀ ਮੈਂ ਇਹ ਸਥਾਈ ਅੰਤਰਾ ਮੈਂ ਆਪਣੇ ਦਰਸ਼ਕਾਂ ਦੇ ਰੂਬਰੂ ਕਰ ਲੰਗਾ ਵਾ ਗੀਤ ਜੀ ਤੇ ਇਹ ਮਾਸਟਰ ਆਤਮਾ ਸਿੰਘ ਚਿੱਟੀ ਦਾ ਹੀ ਲਿਖਿਆ ਵਾ ਇਹਦੇ ਨਾਲ ਪ੍ਰੋਪਰ ਮਿਊਜ਼ਿਕ ਨਾਲ ਜ਼ਰੂਰ ਦਵਾਵਾਂਗੇ ਜੀ ਮਾਨਸਾ ਹਾਂਜੀ

ਮੰਡੀਆਂ ਦੇ ਵਿੱਚ ਇਹ ਦਰਕਾਰ ਹੁੰਦਾ ਦੇਖਿਆ ਮੰਡੀਆਂ ਦੇ ਵਿੱਚ ਇਹ ਦਰਕਾਰ ਹੁੰਦਾ ਦੇਖਿਆ ਨੰਦਾਤਾ ਦੇਸ਼ ਦਾ ਮੈਂ ਖਵਾਰ ਹੁੰਦਾ ਦੇਖਿਆ ਨੰਗ 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 ਅਨਾਜ ਦਾ ਨਾ ਸਈ ਕਿਤੇ ਮਿਲਿਆ ਏ ਮੁੱਲ ਇਨੂੰ ਨੰਗ 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 ਅਨਾਜ ਦਾ ਨਾ ਸਈ ਕਿੱਤੇ ਮਿਲਿਆ ਇਹ ਮੁੱਲ ਇਹ ਨੰਗ 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 ਆਪੇ ਪਾਲਉਣ ਦੀ ਨਾ ਦਿੱਤੀ ਕਿਸੇ ਖੁੱਲ ਇਹਨੂੰ ਆਪੇ ਪਾਲਉਣ ਦੀ ਨਾ ਦਿੱਤੀ ਕਿਸੇ ਖੁੱਲ ਇਹਨੂੰ ਹਰ ਥਾਂ ਤੇ ਲੁੱਟ ਦਾ ਸ਼ਿਕਾਰ ਹੁੰਦਾ ਵੇਖਿਆ ਅੰਨ ਦਾਤਾ ਦੇਸ਼ ਦਾ ਮਖਵਾਰ ਹੁੰਦਾ ਦੇਖਿਆ ਅੰਨ ਦਾਤਾ ਦੇਸ਼ ਦਾ ਮਖਵਾਰ ਹੁੰਦਾ ਦੇਖਿਆ ਮੰਡੀਆਂ ਦੇ ਵਿੱਚ ਇਹ ਦਰਕਾਰ ਹੁੰਦਾ ਦੇਖਿਆ ਅੰਨ ਦਾਤਾ ਦੇਸ਼ ਦਾ ਮਖਵਾਰ ਹੁੰਦਾ ਦੇਖਿਆ ਨੰਦਾਤਾ ਦੇਸ਼ ਦਾ ਮਖਵਾਰ ਹੁੰਦਾ ਦੇਖਿਆ ਬਹੁਤ ਖੂਬ ਲਿਖਿਆ ਆਵਾਜ਼ ਵੀ ਤੁਸੀਂ ਇਸ ਨੂੰ ਬਹੁਤ ਖੂਬਸੂਰਤ ਦਿੱਤੀ ਹੈ ਦੇਖੋ ਮੈਂ ਇਹ ਗੱਲ ਅਕਸਰ ਕਰਦੀ ਹੁੰਨੀ ਹੈ ਖੈਰਾ ਸਾਹਿਬ ਹਾਂਜੀ ਹਾਂਜੀ ਕਿ ਕੋਈ ਕਪੜਾ ਆ ਹਨਾ ਉਹਨੂੰ ਲਿਆ ਕੇ ਤਿਆਰ ਕਰਕੇ 100 ਦੀ ਚੀਜ਼ ਨੂੰ ਬੰਦਾ 500 ਦੀ 1000 ਦੀ ਵੇਚ ਦਿੰਦਾ ਕੋਈ ਵੀ ਚੀਜ਼ ਆਪਾਂ ਬਣਾਉਨੇ ਆ ਜਿਹੜੀ ਆਪਣੀ ਮਰਜ਼ੀ ਦੀ ਵੇਚ ਦਿੰਨੇ ਉਹਨੂੰ ਜਿੰਨੇ ਦੀ ਵੇਚਣੀ ਹੋਵੇ ਤੇ ਕਿਸਾਨ ਨੇ ਆਪਣੇ ਪੈਸੇ ਪਹਿਲਾਂ ਖਲਾਰ ਨੇ ਤੇ ਜਦੋਂ ਇਕੱਠੇ ਕਰਕੇ ਉਹਨੂੰ ਵੇਚਣ ਦੀ ਵਾਰੀ ਆਣੀ ਉੱਥੇ ਵੀ ਹਜ਼ਾਰਾਂ ਸਵਾਲ ਲੱਗਣੇ ਸੋ ਇਹ ਬਹੁਤ ਔਖੀ ਚੀਜ਼ ਆ ਪਰ ਇਹ ਆ ਕਿ ਸਾਡੀ ਜ਼ਰੂਰ ਜਿੱਤ ਹੋਊਗੀ ਔਰ ਤੁਸੀਂ ਲੋਕ ਜਿਹੜੇ ਆਰਟਿਸਟ ਲੋਕਾਂ ਜੁੜੇ ਹੋਏ ਆ ਖੇਤੀ ਦੇ ਨਾਲ ਵੀ ਜੁੜੇ ਹੋਏ ਆ ਕਲਾ ਦੇ ਨਾਲ ਵੀ ਜੁੜੇ ਹੋਏ ਆ ਸੋ ਜ਼ਰੂਰ ਤੁਹਾਡੀਆਂ ਕਲਮਾਂ ਤੁਹਾਡੀਆਂ ਆਵਾਜ਼ਾਂ ਵੀ ਕਿਤਨਾ ਕਿਤੇ ਪੱਕਾ ਯੋਗਦਾਨ ਦੇ ਰਹੀਆਂ ਐਸ ਅੰਦੋਲਨ ਦੇ ਵਿੱਚ ਸੋ ਬਹੁਤ ਖੂਬ ਤੇ ਮੈਨੂੰ ਇਹ ਦੱਸੋ ਕਿ ਤੁਹਾਡੇ ਗਾਣਿਆਂ ਨੂੰ ਕੰਪੋਜ਼ ਕੌਣ ਕਰਦਾ ਇਹ ਪਹਿਲਾ ਪਰਮਜੀਤ ਸੀ ਜੀ ਉਹ ਉਹਦੀ ਡੈਥ ਹੋ ਗਈ ਸੀ ਉੱਥੋਂ ਦਾ ਸੀ ਆਪਣੇ ਦਾ ਨਪੋਦੇ ਦੇ ਲਾਗੇ ਪਿੰਡ ਸੀ ਉਹਦਾ ਜੀ ਤੇ ਹੁਣ ਤੇ ਮੈਂ ਹੁਣ ਹੁਣ ਮੈਂ ਅਜੇ ਅੱਜ ਕਲੀਅਰ ਨਹੀਂ ਕੀਤਾ ਮੈਂ ਕਰਨ ਕਿ ਮੈਂ ਜਿਹੜੀ ਕੰਪੀਸ਼ੀ ਦੀ ਜਿਹੜੀ ਮੈਂ ਤਰਜਿਆ ਨੇ ਦੀ ਮੈਂ ਆਪ ਰਾਤ ਨੂੰ ਸੌਂਦਾ ਨਹੀਂ ਮੈਂ ਗੁਣਗਣਾ ਗੁਣਗਣਾ ਕੇ ਆਹ ਤਰਜਿਦਾ ਆਹ ਤਰਜਿਦਾ ਫੇ ਘਰ ਦੇ ਕਹਿੰਦੇ ਨਹੀਂ ਹੁਣ ਘਟ ਗਾਓ ਨਹੀਂ ਫੇ ਮੈਂ ਏਦਾਂ ਕਰਦਾ ਐਮਾਰੋ ਮੈਂ ਪਤਾ ਕਰਦਾ ਕਿਉਂ ਨਾ ਕੋਠੀ ਸਾਡੀ ਬਹੁਤ ਤਗੜੀ ਆ ਪਰ ਮੈਂ ਰਿਨਾ ਬਾਹਰ ਹੀ ਆ ਮੈਂ ਉੱਥੇ ਫੇ ਕਿੰਨ ਸੁਣਦਾ ਸੰਦਾ ਵੀ ਰੈਸਲ ਕਰਦਾ ਕਿ ਕੀ ਕਰ ਮੈਂ ਰਾਤ ਜਦੋਂ ਵੀ ਹੋਏ ਨਾ ਉਸਲੇ ਰੈਸ ਨਾਲ ਹੀ ਨਾਲ ਹੀ ਤੁੰਬੀ ਦੀ ਰੈਸ ਨਾਲ ਹੀ ਸਾਰੀ ਨਾਲ ਹੀ ਰੈਸ ਇਹ ਗੱਲ ਹੈ ਨਾ ਪੱਕੀ ਆ ਕਹਿੰਦੇ ਘਰ ਦੀ ਮੁਰਗੀ ਦਾਲ ਬਰਾਬਰ ਹੁੰਦੀ ਆ ਇਹ ਸਾਰਿਆਂ ਨਾਲ ਹੀ ਚੀਜ਼ ਹੁੰਦੀ ਆ ਲੋਕਾਂ ਦੇ ਲਈ ਮਤਲਬ ਤੁਸੀਂ ਬੜੇ ਮਹਾਨ ਹੁੰਦੇ ਹੋ ਨਾ ਮਤਲਬ ਸਾਡੇ ਲਈ ਤਾਂ ਹੋਈ ਵੀ ਤੁਸੀਂ ਏਡੀ ਵੱਡੀ ਕਲਾ ਦੇ ਮਾਲਕ ਪਰ ਘਰ ਦੇ ਜ਼ਰੂਰ ਕਹਿ ਦਿੰਦੇ ਹੁੰਦੇ ਹੁਣ ਬਸ ਕਰਕੇ ਤਾਂ ਇਦਾਂ ਤਾਂ ਨਹੀਂ ਹੋਇਆ ਨਹੀਂ ਕਹਿੰਦੇ ਆ ਕਹਿੰਦੇ ਕੀ ਕਰੀ ਜਾਂਦਾ ਵਾ ਮੈਂ ਪਰੇ ਪਰੇ ਹੋ ਕੇ ਤਾਂ ਚੱਲ ਜਾ ਜੂ ਪਰ ਬਾਗ 'ਚ ਚਲੇ ਜਾਣਾ ਹੁੰਦਾ ਉਹਦੇ ਨਾਲ ਹੀ ਵਾਜਾ ਤਿਆਰ ਨਾਲ ਹੀ ਦੂਜੀਆਂ ਚੀਜ਼ਾਂ ਤਿਆਰ ਨਾਲ ਹੀ ਚੀਜ਼ਾਂ ਅਗਲਾ ਕਿਹੜਾ ਗੀਤ ਚੜੇ ਏ ਸਿੰਦਰ ਜੀ ਦਾ ਗੀਤ ਆ ਸਿੰਦਰ ਖਿਵਿਆ ਜੀ ਦਾ ਗੀਤ ਆ ਤੇ ਜਿਹੜੇ ਮੈਂ ਦਰਸ਼ਕਾਂ ਦੇ ਰੂਬਰੂ ਕਰ ਲੰਗਾ ਕੱਖ ਨੂੰ ਉਜਾੜਨਾ ਤੇ ਧੀਆਂ ਦੀ ਸਾਰਨਾ ਅਗਨੀ ਪ੍ਰੀਖਿਆ ਤੇ ਜੂਏ ਚ ਹਾਰਨਾ ਇਹ ਸਥਾਈ ਅੰਤਰਾ ਗੀਤ ਮੈਂ ਦਰਸ਼ਕਾਂ ਦੇ ਰੂਰ ਕਰ ਲਗਾ ਹਾਂਜੀ ਕੱਖ ਨੂੰ ਉਜਾੜਨਾ ਧੀਆਂ ਦੀ ਸਾਰਨਾ ਅਗਨੀ ਪ੍ਰੀਖਿਆ ਜੂਏ ਚ ਹਾਰਨਾ ਅਗਨੀ ਪਰਖਿਆ ਜੂਏ ਚ ਹਾਰਨਾ ਬੇੜਾ ਸਾਰਾ ਗਰਕ ਹੋ ਗਿਆ ਕੋਈ ਟੋਈ ਮਿਲਣੀ ਨਾ ਇੱਬੇ ਸਾਰੇ ਚੁੱਕੇ ਗਏ ਕੋਈ ਰੋਈ ਮਿਲਣੀ ਨਾ ਟੱਬੇ ਸਾਰੇ ਚੁੱਕੇ ਗਏ ਕੋਈ ਰੋਈ ਮਿਲਣੀ ਨਾ ਲੌਚ ਗੜੁੱਚ ਏ ਲੌਚ ਗਰੁੱਚ ਏ ਪ੍ਰੂਨ ਵਿੱਚ ਕੋਖ ਦੇ ਲੌਚ ਗੜੁੱਚ ਏ ਪ੍ਰੂਨ ਵਿੱਚ ਕੋਖ ਦੇ ਬੇਬੇ ਹੋ ਕਾ ਪਰ ਕੇ ਕਹਿੰਦੀ ਹੋਰ ਸਭ ਸੁਖ ਏ ਬੇਬੇ ਹੋ ਕਾ ਪਰ ਕੇ ਕਹਿੰਦੀ ਕੋਈ ਸਭ ਸੁਖੇ ਸਾਡੇ ਵਿੜਿਆਸ ਦੀ ਕੋਈ ਕਲੀ ਤੇ ਖਿੜਨੀ ਨਾ ਸਾਡੇ ਵਿੜਿਆਸ ਦੀ ਕੋਈ ਕਲੀ ਤੇ ਖਿੜਨੀ ਨਾ ਟਿੱਬੇ ਸਾਰੇ ਚੁੱਕੇ ਗਏ ਕੋਈ ਰੋਈ ਮਿਲਨੀ ਨਾ ਟਿੱਬੇ ਸਾਰੇ ਚੁੱਕੇ ਗਏ ਕੋਈ ਰੋਈ ਮਿਲਣੀ ਨਾ ਜੂਣ ਤੇਰੇ ਦੁੱਧ ਨਹੀਂ ਜੂਣ ਤੇਰੇ ਪੁੱਤ ਨਹੀਂ ਧੀਆਂ ਮਰ ਜਾਣੀਆਂ ਧੀਆਂ ਦੀ ਨਾ ਰੁੱਤ ਨਹੀਂ ਧੀਆਂ ਮਰ ਜਾਣੀਆਂ ਧੀਆਂ ਦੀ ਇਹ ਰੁੱਤ ਨਹੀਂ ਤਬਰ ਬੋਗਾਨੇ ਵਿੱਚ ਤਬਰ ਬਗਾਨੇ ਵਿੱਚ ਤੇਰੀ ਚਲਣੀ ਨਾ ਟਿੱਬੇ ਸਾਰੇ ਚੁੱਕੇ ਗਏ ਕੋਈ ਰੋਈ ਮਿਲਣੀ ਨਾ ਟਿੱਬੇ ਸਾਰੇ ਚੁੱਕੇ ਗਏ ਕੋਈ ਰੋਈ ਮਿਲਣੀ ਨਾ ਬਹੁਤ ਖੂਬ ਬਹੁਤ ਖੂਬ ਕਿੰਦੇ ਜਿਹੜੇ ਕਲਾਕਾਰ ਹੁੰਦੇ ਨੇ ਜਦੋਂ ਉਹ ਆਪਣੇ ਗਲੇ ਦਿੱਤੇ ਕੰਮ ਕਰਦੇ ਆ ਤਾਂ ਉਹਨਾਂ ਨੂੰ ਖਿਆਲ ਬਰਾ ਰੱਖਣਾ ਪੈਂਦਾ ਕੀ ਖਾਣਾ ਕੀ ਨਹੀਂ ਖਾਣਾ ਤੁਸੀਂ ਕਿਦਾਂ ਖਿਆਲ ਰੱਖਦੇ ਆ ਆਪਣੇ ਗਲੇ ਦਾ ਮਾਲਜ ਮੈਂ ਕਦੀ ਪੈਲਸ ਤੋਂ ਕੋਈ ਮੈਂ ਨਾ ਠੰਡਾ ਨਾ ਤੱਤਾ ਜਿਹੜੀ ਪੈਪਸੀ ਤੁਸੀਂ ਮੈਂ 5 ਸਾਲ ਤੋਂ ਮੈਂ ਮੈਂ ਘਰ ਦਾ ਹੀ ਪਾਣੀ ਪੀਣਾ ਸਾਦਾ ਅੱਛਾ ਜੀ ਮੈਂ ਨਾ ਮੈਂ ਫਿਲਟਰ ਵਾਲਾ ਪੀਣਾ ਅੱਗੇ ਤੇ ਮਾਲ ਸਾਹਿਬ ਮੈਂ ਨਾ ਕਿਤੇ ਜਦੋਂ ਕੋਈ ਵਿਆਹ ਸ਼ਾਦੀ ਤੇ ਕਹਿੰਦੇ ਜਾਣਾ ਕਿਤੇ ਵੀ ਕਿਤੇ ਜਾਣਾ ਤੇ ਭੈਣਾਂ ਨੇ ਇੱਕ ਦੂਜੀ ਨੂੰ ਪੁੱਛਦੇ ਨਵੇਂ-ਨਵੇਂ ਐਰੋ ਲਾਏ ਆ ਨਹੀਂ ਭੈਣਾਂ ਹੈਂ ਫਿਲਟਰ ਵਾਲਾ ਪਾਣੀ ਪੀਣਾ ਫਿਲਟਰ ਨਾਲ ਆਉਣੀ ਪਣਾ ਫਿਲਟਰ ਮੈਂ ਉਹ ਹੀ ਪੀਣਾ ਦੱਜਾਂ ਨਹੀਂ ਨਾ ਮੈਂ ਤੇ ਅੱਜ ਕੱਲ ਫਿਲਟਰ ਵਾਲਾ ਜਿਹੜੇ ਉਹ ਬਿਮਾਰੀਆਂ ਮਾਨਜ ਬਿਮਾਰੀਆਂ ਮੈਂ ਇਹ ਬਿਮਾਰੀ ਆਪ ਆਪ ਲਾਉਣ ਜਾਂਦੇ ਆ ਪੈਸੇ ਦੇ ਵਿੱਚ ਕੋਈ ਚੀਜ਼ ਨਾ ਖਾਓ ਹੂੰ ਬਸ ਸਾਦਾ ਰੋਟੀ ਖਾਓ ਸਾਦੀ ਰੋਟੀ ਇਹਦੇ ਅਰਕੀ ਨਜ਼ਾਰੇ ਹੀ ਨਹੀਂ ਹਾਂਜੀ 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 ਬਿਲਕੁਲ ਤੇ ਨਜ਼ਾਰੇ ਸਾਨੂੰ ਵੀ ਬਹੁਤ ਵਧੀਆ ਆ ਰਹੇ ਆ ਅਗਲਾ ਗੀਤ ਸੁਣਾਓ ਮਾਨ ਜੀ ਅਗਲਾ ਗੀਤ ਆ ਇਹ ਸਿੰਘਾ ਵਾਲਾ ਗਾਮਾ ਜੀ ਮੈਂ ਤੇ ਉਹਦਾ ਲਿਖਿਆ ਹੋਇਆ ਗੀਤ ਆ ਉਹ ਮੈਂ ਤੇ ਦੋ ਅੰਤਰੇ ਆਪਣੇ ਦਰਸ਼ਕਾਂ ਦੇ ਰੂਰ ਕਰ ਲਿਆ ਜੀ ਨਣਾਣ ਤੇ ਪਰਜਾਈ ਦਾ ਹਾਂਜੀ ਮੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰ ਆਜਾ ਬੇ ਜਨਨ ਦੇ ਸੁਣਾਵਾ ਤੈਨੂੰ ਗੱਲ ਨਹੀਂ ਆਜਾ ਬੇ ਜਨਨ ਦੇ ਸੁਣਾਵਾ ਤੈਨੂੰ ਗੱਲ ਨਹੀਂ ਵੀਰਾ ਤੇਰਾ ਲੜ ਪਿਆ ਮੇਰੇ ਨਾਲ ਕੱਲ ਨਹੀਂ ਤੂੰ ਹੀ ਦੱਸ ਕਰਾ ਹੁਣ ਕੀ ਨਣ ਦੇ ਤੇਰੇ ਵੀਰੇ ਤੋਂ ਬਿਨਾ ਮੇਰਾ ਪਲ ਵੀ ਨਹੀਂ ਲੱਗਦਾ ਜੀ ਨਣਦੇ ਤੇਰੇ ਵੀਰੇ ਤੋਂ ਬਿਨਾ ਮੇਰਾ ਪਲ ਵੀ ਨਹੀਂ ਲੱਗਦਾ ਜੀ ਨਣਦੇ ਤੇਰੇ ਵੀਰੇ ਤੋਂ ਬਿਨਾ ਜਦੋਂ ਦਾ ਲੜਿਆ ਨਾ ਕੁਝ ਚੰਗਾ ਲੱਗਦਾ ਜਦ ਮੈਂ ਬੁਲਾਵਾਂ ਮੇ ਤੋਂ ਦੂਰ ਦੂਰ ਭੱਜਦਾ

ਤੇਰੇ ਵੀਰ ਤੋਂ ਬਨਾ ਮੇਰਾ ਪਲ ਵੀ ਨਹੀਂ ਲੱਗਦਾ ਜੀ ਨਣਦੇ ਤੇਰੇ ਵੀਰੇ ਤੋਂ ਬਨਾ ਸਾਰਾ ਦਿਨ ਰਹਿੰਦੀ ਮੈਂ ਤਾਂ ਕੰਮ ਕਰ ਕਰਦੀ ਕਰਨੋ ਕੀ ਗੱਲ ਨਹੀਂ ਮੈਂ ਉਹਦੇ ਕੋਲੋਂ ਡਰਦੀ ਸਾਰਾ ਦਿਨ ਰਹਿੰਦੀ ਮੈਂ ਤਾਂ ਕੰਮ ਕਰ ਕਰਦੀ ਕਰਨੱਕ ਗੱਲ ਨਹੀਂ ਮੈਂ ਉਹਦੇ ਕੋਲੋਂ ਡਰਦੀ

ਤੇਰੇ ਵੀਰ ਤੋਂ ਬਿਨਾ ਮੇਰਾ ਪਲ ਵੀ ਨਹੀਂ ਲੱਗਦਾ ਜੀ ਨਣਦੇ ਤੇਰੇ ਵੀਰ ਤੋਂ ਬਿਨਾ ਨੰਗ 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 ਕੀ ਜਾਈ ਗੱਲ ਤੋਂ ਲੜਾਈ ਸਾਡੀ ਹੋਈ ਸੀ ਗਲਤੀ ਨਾ ਮੇਰੀ ਨਹੀਂ ਉਹਦੀ ਗਮੇ ਕੋਈ ਸੀ ਨੰਗ ਸਿੰਘਾ ਵਾਲੇ ਨੇ ਪਤਾ ਨਹੀਂ ਕਹਤਾ ਕੀ ਨਣਦੇ ਕੀ ਨਣਦੇ ਤੇਰੇ ਵੀਰ ਤੋਂ ਬਿਨਾ ਮੇਰਾ ਪਲ ਵੀ ਨਹੀਂ ਲੱਗਦਾ ਜੀ ਨਣਦੇ ਤੇਰੇ ਵੀਰ ਤੋਂ ਬਿਨਾ ਸਾਡਾ ਵੀ ਜੀ ਲੱਗਿਆ ਹੋਇਆ ਤੁਹਾਡੇ ਗਾਣੇ ਸੁਣ ਸੁਣ ਕੇ ਤੇ ਹੁਣ ਪ੍ਰੋਗਰਾਮ ਦਾ ਟਾਈਮ ਹੈ ਪ੍ਰੋਗਰਾਮ ਨੂੰ ਇੱਥੇ ਖਤਮ ਕਰਨ ਦਾ ਪਰ ਜਾਂਦੇ ਹੋਏ ਇੱਕ ਗੀਤ ਹੋਰ ਤੁਹਾਡੇ ਤੋਂ ਸੁਣ ਕੇ ਜਾਣਾ ਹੈ ਠੀਕ ਹੈ ਜੀ ਇਹ ਇਹ ਗੀਤ ਜਿਹੜਾ ਮੈਂ ਦੋ ਅੰਤਰੇ ਰੂਬਰੂ ਇਹ ਕਰ ਰਹੇ ਆ ਵਾ ਲੈਂਦੇ ਪੰਜਾਬ ਤੇ ਚੜਦੇ ਪੰਜਾਬ ਨੂੰ ਇਹ ਸ਼ੱਲਾ ਜੀ ਹਾਂ ਜੀ ਪਹਿਲਾ ਇਹਦਾ ਸ਼ੇਰ ਆ ਸ਼ੱਲਾ ਗੀਤ ਗਾਉਣ ਦੀ ਰੀਤ ਤਾਂ ਚਰੋਖਣੀ ਹੀ ਤੁਰੀ ਆਉਂਦੀ ਏ। ਦਾਰ ਅਸਲ ਸ਼ੱਲਾ ਜੱਲੇ ਮਲਾ ਦਾ ਪੁੱਤਰ ਸੀ। ਕਿੱਸਾ ਜੱਲੇ ਦਾ ਛੱਲੇ ਦੀ ਦਾਸਤਾਨ ਵਿੱਚੋਂ ਬਿੱਟੂ ਲੈਰੀ ਜੰਡ ਵਾਲਾ ਕੰਬੋਜ ਦੇ ਕੁਝ ਲਿਖੇ ਬੰਦ। ਹੂੰ। ਲੈਂਦੇ ਪੰਜਾਬ ਤੋਂ ਸਾਇਦ ਇਕਬਾਲ ਨੰਨਾ ਕੰਬੋਜ ਜੀ। ਪਿੰਡ ਲੱਦਰ شریف ਤੇ ਪ੍ਰੋਫੈਸਰ ਅਮਜਦ پرویز ਤੰਜੂ ਸ਼ਾਹਕੋਟ ਨਨਕਾਣਾ ਸਾਹਿਬ ਤੋਂ ਇਹਨਾਂ ਦੀ ਫਰਮਾਇਸ਼ ਤੇ ਬੂਟਾ ਸਿੰਘ ਖਹਿਰਾ ਜੱਲੇ ਤੇ ਮੱਲੇ ਦੀ ਘਰ ਵਾਲੀ ਦੇ ਸਵਾਲ ਜਵਾਬ ਏਉਂ ਪੇਸ਼ ਕਰਦਾ ਹੈ ਕੱਲ ਸੁਣਨੀ ਪੈਣੀ ਮੇਰੀ ਏ ਨੰਗ 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 ਤੇਰੇ ਪੇਕੇ ਕਿੰਨੀ ਕਦੂਰ ਨੰਗ 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 ਕਿਹੜੇ ਪਿੰਡ ਦੀ ਜੰਮੀ ਜਾਈ ਏ ਨੰਗ ਨੰਗ ਮੈਨੂੰ ਦੱਸ ਦੇ ਤੂੰ ਜ਼ਰੂਰ ਨੰਗ ਨੰਗ ਮੈਨੂੰ ਦੱਸ ਦੇ ਤੂੰ ਜ਼ਰੂਰ ਨੰਗ ਨੰਗ

ਜਿੱਥੇ ਬੁੱਲੀ ਸ਼ਾਮ ਚੂਰ ਸਭ ਪਤਣ ਨੰਗ 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 ਮੇਰੇ ਪੇਕੇ ਲੈੰਦੇ ਵੱਲ ਨੇ ਜਿੱਥੇ ਬੁੱਲੀ ਸ਼ਾਮ ਚੂਰ

ਬਹੁਤ ਖੂਬ ਬਹੁਤ ਖੂਬ ਬੂਟਾ ਸਿੰਘ ਖੈਰਾ ਜੀ ਪ੍ਰੋਗਰਾਮ ਚ ਆ ਕੇ ਤੁਸੀਂ ਰੌਣਕ ਲਾਤੀਆਂ ਪ੍ਰੋਗਰਾਮ ਚ ਆਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਬਾਇਟੈਕ ਵਿਦ ਬਰਨ ਕੋਰਮਾਨ ਪ੍ਰੋਗਰਾਮ ਇਥੇ ਖਤਮ ਕਰਦੇ ਆਂ ਸਾਡਾ YouTube ਚੈਨਲ ਪੰਜਾਬ ਮੇਲ ਯੂਐਸਟੀਵੀ ਜ਼ਰੂਰ ਸਬਸਕ੍ਰਾਈਬ ਕਰੋ ਸਾਸਟ੍ਰਿਕ